What's up guys, welcome back and you are watching Just Your Blogs. So today's video is all about US visa application from Canada. So the question is, who can apply for it? It doesn't matter chahe tusi study permit te ho, work permit te ho, ya PR ho, tusi tinno status de vich US visa apply kar sakde ho. And इधर प्रोसेस एक्सट्रीमली सिंपल है. सो बेसिकली US वीज़ा B1, B2 टूरिस्ट वीज़ा कैटेगरी के अंडर आता है. इट्स इंपोर्टेंट टू नो दैट कि असी इनू नॉन इमीग्रेंट वीज़ा भी कहने हैं. एंड यदि गवर्नमेंट फी होंगी हैगी 160 USD. इफ यू आर न्यू टू माई चैनल प्लीज़ लाइक एंड सबसक्राइब. बिफोर वी गैट स्टार्ट, US वीज़ा अप्लाई करने लिए असी DS-160 फॉर्म फिलआउट करना होंदा है. सो विदाउट एनी फर्दर डिले लेट्स जंप इनटू इट. हाँ जी, US का वीज़ा अप्लाई करने लिए सर्च करांगे US विजिटर वीज़ा, दैन आप पहले लिंक के उत्ते जावांगे. सो लिंक के उत्ते क्लिक करन तो बाद असी नीचे जावांगे हाउ टू अप्लाई दे विच. सो US का वीज़ा अप्लाई करने लिए असी DS-160 फॉर्म ऑनलाइन फिल आउट करना होंदा है. इहदे उत्ते क्लिक करते हैं तो फिल आउट करते हैं. सो ये वैबसाइट हैगी है जी ऑनलाइन नॉन इमीग्रेंट वीज़ा एप्लीकेशन DS-160. फिर अपनी कंट्री ते सिटी सिलेक्ट करांगे, दैन नीचे दिता हुआ कोड इहदे विच फिल आउट करांगे. ਅਸੀਂ ਸਟਾਰਟ ਐਨ ਐਪਲੀਕੇਸ਼ਨ ਕਰਾਂਗੇ. ਆਈ ਐਗਰੀ, ਅਤੇ ਇਹ ਸਾਡਾ ਐਪਲੀਕੇਸ਼ਨ ਨੰਬਰ ਹੋਏਗਾ. ਐਂਡ ਤੁਸੀਂ ਇੱਥੇ ਆਪਣਾ ਕੋਈ ਸਿਕਿਉਰਿਟੀ ਕੁਐਸਚਨ ਰੱਖ ਸਕਦੇ ਹੋ. ਸਿਕਿਉਰਿਟੀ ਕੁਐਸਚਨ ਰੱਖਣ ਤੋਂ ਬਾਅਦ ਤੁਸੀਂ ਕੰਟੀਨਿਊ 'ਤੇ ਪ੍ਰੈਸ ਕਰਨਾ ਹੈ. ਦੈਨ ਤੁਸੀਂ ਆਪਣੀ ਇੱਥੇ ਪਰਸਨਲ ਇਨਫੋਰਮੇਸ਼ਨ ਭਰਨੀ ਹੈਗੀ ਆ. ਫੁੱਲ ਨੇਮ ਇਨ ਨੇਟਿਵ ਅਲਫਾਬੈਟ, ਡਜ਼ ਨੋਟ ਅਪਲਾਈ ਦੇ ਉੱਤੇ ਸਿਲੈਕਟ ਕਰਨਾ. Have you ever used other names? No. Do you have a telecode that represents your name? No. Then male. Then marital status select karange ji. Date of birth. Then city. Is tab de vich tade date te place of birth tade passport de according honi chahidi aa. Then tade country aa gayi. ਸੋ ਹੁਣ ਹਰੇਕ ਪੇਜ ਫਿਲ ਆਊਟ ਕਰਨ ਤੋਂ ਬਾਅਦ ਤੁਸੀਂ ਇਹਨੂੰ ਸੇਵ ਕਰਨਾ ਹੈ ਤਾਂ ਕਿ ਉਹ ਤੁਹਾਡੀ ਇਨਫੋਰਮੇਸ਼ਨ ਲੋਸਟ ਨਾ ਹੋ ਜਾਵੇ. ਦੈਨ ਆਪਾਂ ਕੰਟੀਨਿਊ ਐਪਲੀਕੇਸ਼ਨ 'ਤੇ ਕਲਿੱਕ ਕਰਾਂਗੇ. ਦੈਨ ਆਪਾਂ ਨੈਕਸਟ ਪੇਜ 'ਤੇ ਜਾਵਾਂਗੇ. ਨੈਕਸਟ ਪੇਜ 'ਤੇ ਪੁੱਛ ਰਹੇ ਨੇ ਕੰਟਰੀ ਔਰ ਓਰੀਜਨ, ਨੈਸ਼ਨੈਲਿਟੀ. ਨੈਸ਼ਨੈਲਿਟੀ ਨੋ. ਆਰ ਯੂ ਆ ਪਰਮਾਨੈਂਟ ਰੈਜੀਡੈਂਟ ਆਫ ਅ ਕੰਟਰੀ ਅਦਰ ਦੈਨ ਯੋਰ ਕੰਟਰੀ ਰੀਜਨ ਆਫ ਨੈਸ਼ਨੈਲਿਟੀ? ਨੋ. ਇੱਥੇ ਤੁਹਾਨੂੰ ਨੈਸ਼ਨਲ ਆਈਡੈਂਟੀਫਿਕੇਸ਼ਨ ਨੰਬਰ ਪੁੱਛ ਰਿਹਾ, ਡਜ਼ ਨੋਟ ਅਪਲਾਈ ਦੀ ਸਿਲੈਕਟ ਕਰ ਦੇਣਾ. US ਸੋਸ਼ਲ ਸਿਕਿਉਰਿਟੀ ਨੰਬਰ, ਡਜ਼ ਨੋਟ ਅਪਲਾਈ. US ਪੇਅਰ ID ਨੰਬਰ, ਡਜ਼ ਨੋਟ ਅਪਲਾਈ ਸਿਲੈਕਟ ਕਰਾਂਗੇ. ਡੋਂਟ ਫਰਗੈਟ ਟੂ ਸੇਵ ਇਟ. ਦੈਨ ਕੰਟੀਨਿਊ ਐਪਲੀਕੇਸ਼ਨ. ਦੈਨ ਸਾਡੀ ਟਰੈਵਲ ਹਿਸਟਰੀ ਹੈਗੀ, ਅਤੇ ਭਰਾਂਗੇ ਕਿ ਸਾਡਾ ਪਰਪਸ ਆਫ ਵਿਜ਼ਿਟ ਕੀ ਹੈਗਾ US ਨੂੰ. ਹਾਂਜੀ, ਪਰਪਸ ਆਫ ਟ੍ਰਿਪ ਟੂ US ਵੀ ਸਿਲੈਕਟ ਕਰਾਂਗੇ. ਟੈਂਪਰੇਰੀ ਬਿਜ਼ਨਸ ਪਲੈਜਰ ਵਿਜ਼ਟਰ B. ਦੈਨ ਆਪਣੀ ਸਪੈਸੀਫਾਈ ਕਰਾਂਗੇ ਸਾਡਾ ਬਿਜ਼ਨਸ ਐਂਡ ਟੂਰਿਜ਼ਮ ਹੁੰਦਾ, ਟੈਂਪਰੇਰੀ ਵਿਜ਼ਟਰ V1, V2 ਵੀ ਜਿਹਨੂੰ ਕਹਿ ਦਿੰਦੇ ਹਾਂ ਆਪਾਂ. ਸੋ ਹੈਵ ਯੂ ਮੇਡ ਸਪੈਸੀਫਿਕ ਪਲਾਨਸ? ਆਪਾਂ ਨੋ ਤਾਂ ਸਿਲੈਕਟ ਕਰ ਦੇਣਾ, ਬਟ ਅਸੀਂ ਉਹਨਾਂ ਨੂੰ ਦੱਸਣਾ ਕਿ ਸਾਡੇ ਇੰਟੈਂਡਡ ਕੀ ਆ. ਅਸੀਂ ਹਜੇ ਸਪੈਸੀਫਿਕ ਪਲਾਨ ਬਣਾਏ ਨਹੀਂ ਹੈਗੇ, ਬਟ ਅਸੀਂ ਆਪਣੇ ਇੰਟੈਂਡਡ ਡੇਟ ਆਫ ਅਰਾਈਵਲ ਦੱਸਣੀ ਆ ਉਹਨਾਂ ਨੂੰ. ਸੋ ਮੈਂ ਤਾਂ ਇੱਥੇ ਰੈਂਡਮਲੀ ਭਰ ਰਿਹਾ ਹੈਗਾ. ਅਤੇ ਇੰਟੈਂਡਡ ਲੈਂਥ ਆਫ ਸਟੇ ਤੁਸੀਂ ਲੈਟ ਸੇ 7 ਡੇਜ਼ ਰਹਿਣਾ, 7 ਡੇਜ਼ ਦੱਸ ਸਕਦੇ ਹੋ. ਹੁਣ ਅੱਗੇ ਪੁੱਛ ਰਹੇ ਨੇ ਐਡਰੈਸ. ਇੱਥੇ ਤੁਸੀਂ ਆਪਣਾ ਕੋਈ ਵੀ US ਦੇ ਵਿੱਚ ਜਿਹਦੇ ਕੋਲ ਤੁਸੀਂ ਵਿਜ਼ਿਟ ਕਰਨਾ ਹੈ ਜਾਂ ਕੋਈ ਤੁਹਾਡਾ ਰਿਲੇਟਿਵ ਹੈਗਾ, ਉਹਦਾ ਐਡਰੈਸ ਦੇ ਸਕਦੇ ਹੋ. ਅਦਰਵਾਈਜ਼ ਤੁਸੀਂ ਇੱਥੇ ਕੋਈ ਵੀ ਹੋਟਲ ਦਾ ਨਾਮ ਭਰ ਸਕਦੇ ਹੋ, ਬਸ ਜਸਟ ਉਹਨਾਂ ਨੂੰ ਸ਼ੋਅ ਕਰਨ ਲਈ ਕਿ ਹਾਂ ਵੀ ਅਸੀਂ ਕਿ ਹਾਂ ਜੀ ਅਗਰ ਅਸੀਂ US ਗਏ ਤਾਂ ਅਸੀਂ ਆਹ ਹੋਟਲ ਦੇ ਵਿੱਚ ਜਾ ਕੇ ਸਟੇ ਕਰਾਂਗੇ. ਸੋ ਕੋਈ ਵੀ ਤੁਸੀਂ ਨੈੱਟ ਤੋਂ ਸਰਚ ਕਰਕੇ ਇਹਦੇ ਵਿੱਚ ਭਰ ਸਕਦੇ ਹੋ. ਸੋ ਜੋ ਮੈਂ ਆਪਣੇ ਸਰਚ ਕੀਤਾ ਸੀ ਉਹ ਇਹ ਸੀਗਾ, ਚੈਲਸੀਆ ਸੋਵੋਏ ਹੋਟਲ. ਇਹ ਮੈਨਹੈਟਨ ਦੇ ਵਿੱਚ ਹੈਗਾ, ਨਿਊਯਾਰਕ ਸਿਟੀ ਦੇ ਵਿੱਚ. ਸਟੇਟ ਵੀ ਨਿਊਯਾਰਕ ਪੈਂਦੀ ਹੈਗੀ ਹੈ. ਇੱਥੇ ਤੁਸੀਂ ਉਹਦਾ ਜਿਪ ਕੋਡ ਭਰ ਦੇਣਾ ਹੈਗਾ. ਦੈਨ ਪਰਸਨ ਔਰ ਐਂਟੀਟੀ ਪੇਇੰਗ ਫਾਰ ਯੋਰ ਟ੍ਰਿਪ, ਸੀ ਖੁਦ ਹੀ ਉਹ ਸੈਲਫ ਸਿਲੈਕਟ ਕਰਾਂਗੇ. ਦੈਨ ਸੇਵ, ਦੈਨ ਕੰਟੀਨਿਊ ਐਪਲੀਕੇਸ਼ਨ. ਦੈਨ ਆਪਾਂ ਨੈਕਸਟ ਪੇਜ 'ਤੇ ਜਾਵਾਂਗੇ. ਨਾਓ ਆਰ ਦੇਰ ਅਦਰ ਪਰਸਨ ਟਰੈਵਲਿੰਗ ਵਿਦ ਯੂ? ਨਾਓ. ਦੈਨ ਸੇਵ, ਕੰਟੀਨਿਊ ਐਪਲੀਕੇਸ਼ਨ. ਦੈਨ ਨੈਕਸਟ, ਹੈਵ ਯੂ ਐਵਰ ਬੀਨ ਇਨ US? ਅਗਰ ਜੇ ਤੁਸੀਂ ਪਹਿਲਾਂ US ਗਏ ਤਾਂ ਯੈਸ ਕਰ ਦਿਓ, ਅਗਰ ਨਹੀਂ ਤਾਂ ਫਿਰ ਨੋ ਤੋਂ ਸਿਲੈਕਟ ਕਰ ਦਿਓ. ਹੈਵ ਯੂ ਐਵਰ ਬੀਨ ਇਸ਼ੂਡ ਅ US ਵੀਜ਼ਾ? ਸੇਮ ਥਿੰਗ, ਨੋ. ਹੈਵ ਯੂ ਐਵਰ ਬੀਨ ਰਿਫਿਊਜ਼ ਅ US ਵੀਜ਼ਾ ਔਰ ਬੀਨ ਰਿਫਿਊਜ਼? ਨੋ ਸਿਲੈਕਟ ਕਰਨਾ.
ਬਟ ਜੇਕਰ ਤੁਸੀਂ ਪਹਿਲਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਇੱਥੇ ਆਪਣੇ ਸਾਰੇ ਸਪੈਸੀਫਾਈ ਕਰਨੇ ਹੈਗੇ ਰੀਜ਼ਨਸ, ਅਗਰ ਨਹੀਂ ਤਾਂ ਫਿਰ ਤੁਸੀਂ ਨੋ ਤਾਂ ਸਿਲੈਕਟ ਕਰ ਸਕਦੇ ਹੋ। ਹੈਜ਼ ਐਨੀਵਨ ਐਵਰ ਫਾਈਲਡ ਐਨ ਇਮੀਗ੍ਰੈਂਟ ਪਟੀਸ਼ਨ ਔਨ ਯੂਅਰ ਬਿਹਾਫ ਵਿਦ ਦਾ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼? ਨੋ। ਦੈਨ ਸੇਵ 'ਤੇ ਸਿਲੈਕਟ ਕਰਨਾ, ਕੰਟੀਨਿਊ ਐਪਲੀਕੇਸ਼ਨ। ਦੈਨ ਅੱਗੇ ਆ ਗਿਆ ਜੀ ਐਡਰੈਸ ਅਤੇ ਫੋਨ ਨੰਬਰ, ਤੁਸੀਂ ਇੱਥੇ ਆਪਣਾ ਐਡਰੈਸ ਭਰ ਸਕਦੇ ਹੋ। ਦੈਨ ਤੁਹਾਡੀ ਸਿਟੀ, ਤੁਹਾਡੀ ਸਟੇਟ, ਦੈਨ ਤੁਹਾਡਾ ਪੋਸਟਲ ਕੋਡ, ਠੀਕ ਹੈ ਜੀ। ਦੈਨ ਆਪਣੀ ਕੰਟਰੀ ਭਰ ਦਿਓ, ਕੈਨੇਡਾ ਦੇ ਵਿੱਚ ਅਪਲਾਈ ਕਰਦੇ ਪਏ ਹਾਂ ਅਸੀਂ। ਮੇਲਿੰਗ ਐਡਰੈਸ ਵੀ ਆਪਾਂ ਸਜੈਸਟ ਕਰ ਦਾਂਗੇ। ਦੈਨ ਤੁਹਾਡਾ ਫੋਨ ਨੰਬਰ ਆ ਗਿਆ ਇੱਥੇ, ਡਸ ਨੋਟ ਅਪਲਾਈ ਸਿਲੈਕਟ ਕਰ ਦਿਓ। ਹੈਵ ਯੂ ਯੂਜ਼ ਐਨੀ ਅਦਰ ਫੋਨ ਨੰਬਰਸ ਇਨ ਦਾ ਲਾਸਟ 5 ਈਅਰਸ? ਜੇ ਅਗਰ ਤੁਸੀਂ ਕੀਤੇ ਹੈਗੇ ਤਾਂ ਤੁਸੀਂ ਯੈਸ ਕਰ ਸਕਦੇ, ਅਗਰ ਤੁਸੀਂ ਨਹੀਂ ਕੀਤਾ ਤੁਸੀਂ ਇਹੀ ਹੈ ਅਤੇ ਤੁਸੀਂ ਇੱਥੇ ਨੋ ਕਰ ਸਕਦੇ ਹੋ। ਦੈਨ ਅੱਗੇ ਈਮੇਲ ਐਡਰੈਸ, ਹੈਵ ਯੂ ਯੂਜ਼ ਐਨੀ ਅਦਰ ਈਮੇਲ ਐਡਰੈਸ ਇਨ ਲਾਸਟ 5 ਈਅਰਸ? ਨੋ। ਦੈਨ ਅੱਗੇ ਆ ਗਿਆ ਸੋਸ਼ਲ ਮੀਡੀਆ ਦਾ ਕੁਸ਼ਚਨ। ਦੈਨ ਤੁਸੀਂ ਆਪਣਾ ਇੱਥੇ ਸੋਸ਼ਲ ਮੀਡੀਆ ਦਾ ਅਕਾਊਂਟ ਦੱਸ ਸਕਦੇ ਹੋ, ਮੈਂ ਇੱਥੇ ਇੰਸਟਾਗ੍ਰਾਮ ਦੱਸ ਰਿਹਾ ਆਪਣਾ। ਡੂ ਯੂ ਵਿਸ਼ ਟੂ ਪ੍ਰੋਵਾਈਡ ਇਨਫੋਰਮੇਸ਼ਨ ਪ੍ਰੈਜੈਂਟ ਐਨ ਐਨੀ ਅਦਰ ਵੈਬਸਾਈਟ? ਨੋ ਸਿਲੈਕਟ ਕਰਦੇ ਹੋ। ਦੈਨ ਸੇਵ, ਦੈਨ ਕੰਟੀਨਿਊ ਐਪਲੀਕੇਸ਼ਨ। ਅਤੇ ਹੁਣ ਨੈਕਸਟ ਪੇਜ 'ਤੇ ਜਾਵਾਂਗੇ। ਦੈਨ ਅੱਗੇ ਸਾਡੇ ਪਾਸਪੋਰਟ ਦੀ ਇਨਫੋਰਮੇਸ਼ਨ ਹੈਗੀ, ਅਸੀਂ ਰੈਗੂਲਰ ਸਿਲੈਕਟ ਕਰਾਂਗੇ। ਦੈਨ ਆਪਣਾ ਪਾਸਪੋਰਟ ਨੰਬਰ ਭਰ ਦੇਣਾ, ਪਾਸਪੋਰਟ ਬੁੱਕ ਨੰਬਰ, ਡਸ ਨੋਟ ਅਪਲਾਈ ਸਿਲੈਕਟ ਕਰਾਂਗੇ। ਕੰਟਰੀ ਅਥਾਰਟੀ ਦੈਟ ਇਸ਼ੂਡ ਪਾਸਪੋਰਟ ਔਰ ਟਰੈਵਲ ਡਾਕੂਮੈਂਟ, ਇੰਡੀਆ। ਸੋ ਵੇਅਰ ਵਾਸ ਦਾ ਪਾਸਪੋਰਟ ਟਰੈਵਲ ਡਾਕੂਮੈਂਟ ਇਸ਼ੂਡ? ਇੱਥੇ ਤੁਸੀਂ ਆਪਣਾ ਇਸ਼ੂਡ ਤਾਂ ਲਿਖ ਦੇਣਾ ਹੈਗਾ, ਜਿੱਥੇ ਤੁਹਾਡਾ ਇਸ਼ੂ ਹੋਇਆ ਸੀਗਾ। ਦੈਨ ਸਟੇਟ ਪ੍ਰੋਵਿੰਸ ਇਫ ਐਪਲੀਕੇਬਲ ਹੈਗੀ ਆ ਤੁਹਾਡੇ ਉੱਤੇ ਲਿਖੀ ਹੋਈ ਹੈ ਕਿ ਤੁਸੀਂ ਲਿਖ ਸਕਦੇ ਹੋ। ਦੈਨ ਤੁਹਾਡੀ ਕੰਟਰੀ ਔਰ ਰੀਜਨ, ਇੰਡੀਆ। ਦੈਨ ਤਾਂ ਆਪਣੀ ਇੱਥੇ ਇਸ਼ੂ ਡੇਟ ਲਿਖ ਸਕਦੇ ਹੋ। ਫੋਰ ਐਗਜ਼ਾਮਪਲ ਮੈਂ ਤਾਂ ਇਹ ਰੈਂਡਮਲੀ ਲਿਖ ਰਿਹਾ, ਅਤੇ ਦੈਨ ਪੁੱਛਦੇ ਪਿਆ ਸਾਨੂੰ ਹੈਵ ਯੂ ਐਵਰ ਲੋਸਟ ਪਾਸਪੋਰਟ ਔਰ ਹੈਡ ਵਨ ਸਟੋਲਨ? ਨੋ। ਦੈਨ ਸੇਵ, ਕੰਟੀਨਿਊ ਐਪਲੀਕੇਸ਼ਨ। ਦੈਨ ਨੈਕਸਟ ਕਲਿੱਕ ਕਰਾਂਗੇ। ਦੈਨ US ਪੁਆਇੰਟ ਆਫ ਕੰਟੈਕਟ ਇਨਫੋਰਮੇਸ਼ਨ ਵਾਲੇ ਟੈਬ ਦੇ ਵਿੱਚ ਅਸੀਂ ਆਪਣਾ, ਜੇ ਕੋਈ ਸਾਡਾ US ਦੇ ਵਿੱਚ ਕੋਈ ਸਾਡਾ ਕੰਟੈਕਟ ਜਾਂ ਸਾਡਾ ਕੋਈ ਰਿਲੇਟਿਵ ਜਾਂ ਕੋਈ ਸਾਡਾ ਫਰੈਂਡ ਰਹਿੰਦਾ ਹੈਗਾ ਤਾਂ ਅਸੀਂ ਉਹਦੀ ਇਨਫੋਰਮੇਸ਼ਨ ਭਰਨੀ ਹੈ। ਅਗਰ ਜੇ ਨਹੀਂ ਰਹਿੰਦਾ ਤੁਸੀਂ ਇੱਥੇ ਆਪਣੇ ਹੋਟਲ ਦੀ ਇਨਫੋਰਮੇਸ਼ਨ ਭਰ ਸਕਦੇ ਹੋ। ਤੁਸੀਂ ਇੱਥੇ ਡੂ ਨੋਟਸ ਨੋ ਦੇ ਉੱਤੇ ਸਿਲੈਕਟ ਕਰਨਾ ਹੈ। ਦੈਨ ਤੁਸੀਂ ਔਰਗਨਾਈਜੇਸ਼ਨ ਨੇਮ, ਆਪਣਾ ਹੋਟਲ ਦਾ ਨੇਮ ਹੀ ਭਰ ਸਕਦੇ ਹੋ ਅਗੇਨ। ਦੈਨ ਰਿਲੇਸ਼ਨਸ਼ਿਪ ਟੂ ਯੂ, ਤੁਸੀਂ ਸਿਲੈਕਟ ਕਰੋਗੇ ਅਦਰਸ। ਦੈਨ ਇੱਥੇ ਅਗੇਨ ਉਹਦੀ ਸਾਰੀ ਡਿਟੇਲ ਭਰ ਦੇਣੀ ਹੈਗੀ ਆ, ਉਹਦਾ ਐਡਰੈਸ ਭਰ ਦੇਣਾ ਹੈਗਾ। ਐਡਰੈਸ ਭਰਨ ਤੋਂ ਬਾਅਦ ਜੇਕਰ ਉਹਦੀ ਈਮੇਲ ਐਡਰੈਸ ਹੈਗੀ ਆ ਤਾਂ ਤੁਸੀਂ ਭਰ ਸਕਦੇ ਹੋ, ਅਗਰ ਨਹੀਂ ਹੈਗੀ ਤਾਂ ਤੁਸੀਂ ਡਜ਼ ਨੋਟ ਅਪਲਾਈ 'ਤੇ ਕਲਿੱਕ ਕਰ ਦੋਗੇ। ਦੈਨ ਨੈਕਸਟ ਫੈਮਿਲੀ ਇਨਫੋਰਮੇਸ਼ਨ 'ਤੇ ਕਲਿੱਕ ਕਰਾਂਗੇ। ਸੋ ਦੈਨ ਫੈਮਿਲੀ ਇਨਫੋਰਮੇਸ਼ਨ ਵਾਲੇ ਟੈਬ ਦੇ ਵਿੱਚ ਅਸੀਂ ਆਪਣੇ ਮਾਤਾ ਪਿਤਾ ਦਾ ਨਾਮ ਲਿਖਾਂਗੇ। ਦੈਨ ਉਹਨਾਂ ਦੀ ਡੇਟ ਆਫ ਬਰਥ, ਮੈਂ ਜੋ ਇਹ ਇਨਫੋਰਮੇਸ਼ਨ ਲਿਖ ਰਿਹਾ ਮੈਂ ਵੈਸੇ ਹੀ ਸੈਂਪਲ ਲਈ ਲਿਖ ਰਿਹਾ, ਬਟ ਤੁਸੀਂ ਉਹਨਾਂ ਦੇ ਪਾਸਪੋਰਟ ਦੇ ਅਕੋਰਡਿੰਗ ਭਰ ਸਕਦੇ ਹੋ। ਦੈਨ ਅਗਲਾ ਕੁਸ਼ਚਨ ਹੈਗਾ, ਇਜ਼ ਯੂਅਰ ਫਾਦਰ ਇਨ ਦਾ US? ਅਗਰ ਹੈਗੇ ਆ ਤਾਂ ਯੈਸ ਕਰ ਦਿਓ, ਅਗਰ ਨਹੀਂ ਹੈਗੇ ਤਾਂ ਨੋ 'ਤੇ ਕਲਿੱਕ ਕਰ ਦਿਓ। ਦੈਨ ਮਦਰ ਨੇਮ, ਮਦਰਸ ਗਿਵਨ ਨੇਮ, ਦੈਨ ਉਹਨਾਂ ਦੀ ਡੇਟ ਆਫ ਬਰਥ ਭਰਨੀ ਹੈ ਇੱਥੇ। ਇਜ਼ ਯੂਅਰ ਮਦਰ ਇਨ ਦਾ US? ਅਗਰ ਜੇ ਹੈਗੀ ਆ ਤਾਂ ਯੈਸ ਕਰ ਦਿਓ, ਅਗਰ ਨਹੀਂ ਹੈਗੇ ਤਾਂ ਨੋ 'ਤੇ ਕਲਿੱਕ ਕਰ ਦਿਓ। ਦੈਨ ਅਗਲਾ ਕੁਸ਼ਚਨ ਪੁੱਛਦੇ ਪਏ ਆ, ਡੂ ਯੂ ਹੈਵ ਐਨ ਇਮੀਡੀਏਟ ਰਿਲੇਟਿਵ ਨੋਟ ਇਨਕਲੂਡਿੰਗ ਪੇਰੈਂਟਸ ਇਨ ਦਾ ਯੂਨਾਈਟਿਡ ਸਟੇਟਸ? ਫੋਰ ਐਗਜ਼ਾਮਪਲ ਯੂਅਰ ਫਿਆਂਸੇ ਜਾਂ ਸਪਾਊਸ ਹੋ ਗਿਆ, ਜਾਂ ਤੁਹਾਡੇ ਚਿਲਡਰਨ ਹੋ ਗਏ ਜਾਂ ਸਿਬਲਿੰਗ ਹੋ ਗਿਆ। ਜੇ ਅਗਰ ਹੈਗੇ ਆ ਤਾਂ ਤੁਸੀਂ ਯੈਸ 'ਤੇ ਕਲਿੱਕ ਕਰ ਦਿਓ, ਅਗਰ ਨਹੀਂ ਤਾਂ ਤੁਸੀਂ ਨੋ 'ਤੇ ਕਲਿੱਕ ਕਰ ਦੇਣਾ। ਦੈਨ ਅਗਲਾ ਕੁਸ਼ਚਨ ਇਹ ਪੁੱਛਦੇ ਪਏ ਨੇ, ਡੂ ਯੂ ਹੈਵ ਐਨੀ ਅਦਰ ਰਿਲੇਟਿਵ ਇਨ ਯੂਨਾਈਟਿਡ ਸਟੇਟਸ? ਜੇ ਹੈਗੇ ਆ ਤਾਂ ਤੁਸੀਂ ਯੈਸ ਕਰ ਦਿਓ, ਜੇ ਨਹੀਂ ਤਾਂ ਤੁਸੀਂ ਨੋ 'ਤੇ ਕਲਿੱਕ ਕਰ ਦਿਓ। ਦੈਨ ਸੇਵ 'ਤੇ ਕਲਿੱਕ ਕਰੋਗੇ, ਕੰਟੀਨਿਊ। ਦੈਨ ਆਪਾਂ ਨੈਕਸਟ ਟੈਬ ਦੇ ਉੱਤੇ ਜਾਵਾਂਗੇ। ਸੋ ਇਹਦੇ ਵਿੱਚ ਆਪਣੀ ਪ੍ਰੈਜੈਂਟ ਵਰਕ ਐਜੂਕੇਸ਼ਨ ਜਾਂ ਸਾਡੀ ਇਨਫੋਰਮੇਸ਼ਨ ਹੋਣੀ ਆ, ਅਸੀਂ ਉਹ ਸਿਲੈਕਟ ਕਰਾਂਗੇ ਇਹਦੇ ਵਿੱਚੋਂ। ਪ੍ਰਾਇਮਰੀ ਓਕੂਪੇਸ਼ਨ ਦੇ ਵਿੱਚ ਤੁਸੀਂ ਵਰਕ ਕਰਦੇ ਹੋ, ਤੁਸੀਂ ਵਰਕਰ ਕਰ ਦਿਓ। ਜੇ ਅਗਰ ਤੁਸੀਂ ਸਟੂਡੈਂਟ ਹੈਗੇ ਤਾਂ ਤੁਸੀਂ ਸਟੂਡੈਂਟ ਸਿਲੈਕਟ ਕਰ ਦਿਓ। ਜੇ ਅਗਰ ਸਪੈਸੀਫਿਕਲੀ ਤੁਸੀਂ ਕਿਸੇ ਫੀਲਡ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਉਹ ਸਿਲੈਕਟ ਕਰ ਸਕਦੇ। ਜਸਟ ਲਾਈਕ ਮੈਂ ਇੱਥੇ ਕੰਪਿਊਟਰ ਸਾਇੰਸ ਸਿਲੈਕਟ ਕੀਤਾ, ਤੁਸੀਂ ਇੱਥੇ ਆਪਣੇ ਇੰਪਲੋਇਰ ਦਾ
ਨੇਮ ਲੈਟ ਸੇ ਤੁਸੀਂ ABC ਕੰਪਨੀ ਦੇ ਵਿੱਚ ਕੰਮ ਕਰਦੇ ਆ ਤੇ ਉਹਦੇ ਉਹਦੀ ਸਾਰੀ ਡਿਟੇਲ ਭਰ ਦੇਣੀ ਤੁਸੀਂ ਇੱਥੇ, ਠੀਕ ਹੈ। ਸਿਟੀ ਲਿਖ ਦਿੰਦਾ ਮੈਂ ਟੋਰੋਂਟੋ, ਪ੍ਰੋਵਿੰਸ ਓਨਟਾਰੀਓ। ਇਸ ਦਾ ਪੋਸਟਲ ਕੋਡ ਲਿਖ ਸਕਦੇ ਹੋ, ਤੁਹਾਡੀ ਸਟਾਰਟ ਡੇਟ ਜਦੋਂ ਸਟਾਰਟ ਕੀਤਾ ਸੀਗਾ। ਮੈਂ ਇੱਥੇ ਰੈਂਡਮ ਡੇਟ ਲਿਖ ਰਿਹਾ ਹਾਂ। ਦੈਨ ਤੁਹਾਡੀ ਮੰਥਲੀ ਇਨਕਮ ਜੋ ਤੁਹਾਡੀ ਕੈਨੇਡੀਅਨ ਡਾਲਰਸ ਦੇ ਵਿੱਚ ਬਣਦੀ ਹੈ ਤੁਸੀਂ ਲਿਖ ਸਕਦੇ ਹੋ, ਲੈਟਸ ਸੇ $4,000, ਰਾਈਟ। ਅਤੇ ਇੱਥੇ ਤੁਸੀਂ ਆਪਣੀ ਥੋੜ੍ਹੀ ਜਿਹੀਆਂ ਡਿਊਟੀਜ਼ ਵੀ ਐਕਸਪਲੇਨ ਕਰ ਸਕਦੇ ਹੋ। ਦੈਨ ਸੇਵ 'ਤੇ ਸਿਲੈਕਟ ਕਰਨਾ ਹੈ। ਦੈਨ ਅਗਲੀ ਟੈਬ ਦੇ ਵਿੱਚ ਪੁੱਛ ਰਹੇ ਨੇ ਪ੍ਰੀਵੀਅਸ ਵਰਕ ਔਰ ਐਜੂਕੇਸ਼ਨ, ਵਰ ਯੂ ਪ੍ਰੀਵੀਅਸਲੀ ਇੰਪਲੋਇਡ। ਜੇ ਤੁਸੀਂ ਇੰਪਲੋਇਡ ਸੀਗੇ ਤਾਂ ਤੁਸੀਂ ਯੈਸ ਕਰ ਦਿਓ, ਅਗਰ ਨਹੀਂ ਸੀਗੇ ਤਾਂ ਨੋ 'ਤੇ ਸਿਲੈਕਟ ਕਰ ਦਿਓ। ਹੈਵ ਯੂ ਅਟੈਂਡਡ ਐਨੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਐਟ ਅ ਸੈਕੰਡਰੀ ਲੈਵਲ ਔਰ ਅਬਵ। ਜੇਕਰ ਤੁਸੀਂ ਕੀਤਾ ਤੁਸੀਂ ਯੈਸ ਕਰ ਦਿਓ, ਅਗਰ ਨਹੀਂ ਕੀਤਾ ਤੁਸੀਂ ਨੋ 'ਤੇ ਸਿਲੈਕਟ ਕਰ ਸਕਦੇ ਹੋ। ਜੇਕਰ ਅਸੀਂ ਯੈਸ 'ਤੇ ਕਲਿੱਕ ਕਰਦੇ ਹਾਂ ਅਸੀਂ ਆਪਣਾ ਸਾਰੇ ਇੱਥੇ ਇੰਸਟੀਟਿਊਸ਼ਨ ਦਾ ਨੇਮ ਅਤੇ ਆਪਣੀ ਇੱਥੇ ਕੋਰਸ ਆਫ ਸਟੱਡੀ ਜਿਹੜੇ ਤੁਹਾਡੀ ਫੀਲਡ ਦੇ ਵਿੱਚ ਸਟੱਡੀ ਸੀਗੀ ਤੁਸੀਂ ਉਸ ਇੰਸਰਟ ਕਰਨੀ ਹੈ, ਅਤੇ ਦੈਨ ਤੁਹਾਡੇ ਕਦੋਂ ਤੋਂ ਸ਼ੁਰੂ ਹੋਇਆ ਸੀ ਕਦੋਂ ਖਤਮ ਹੋਇਆ ਸੀਗਾ, ਤੁਸੀਂ ਇਹ ਕਰ ਸਕਦੇ ਹੋ। ਦੈਨ ਇਹ ਸਾਨੂੰ ਅਗਲੀ ਟੈਬ ਦੇ ਵਿੱਚ ਪੁੱਛਦੇ ਪਏ ਨੇ ਡੂ ਯੂ ਬਿਲੋਂਗ ਟੂ ਅ ਕਲੈਨ ਔਰ ਅ ਟ੍ਰਾਈਬ। ਜੇਕਰ ਯੈਸ ਤੁਸੀਂ ਯੈਸ ਕਰ ਦਿਓ, ਅਗਰ ਨਹੀਂ ਤਾਂ ਤੁਸੀਂ ਨੋ 'ਤੇ ਸਿਲੈਕਟ ਕਰੋਗੇ। ਪ੍ਰੋਵਾਈਡ ਅ ਲਿਸਟ ਆਫ ਲੈਂਗੁਏਜਿਸ ਯੂ ਸਪੀਕ। ਦੈਨ ਤੁਸੀਂ ਇੰਗਲਿਸ਼ ਵੀ ਟਾਈਪ ਕਰ ਸਕਦੇ ਹੋ, ਜੇਕਰ ਤੁਹਾਨੂੰ ਕੋਈ ਹੋਰ ਲੈਂਗੁਏਜ ਵੀ ਆਉਂਦੀ ਹੈ ਤੁਸੀਂ ਇਹਦੇ ਵਿੱਚ ਐਡ ਔਨ ਕਰ ਸਕਦੇ ਹੋ। ਦੈਨ ਹੈਵ ਯੂ ਟਰੈਵਲ ਟੂ ਐਨੀ ਕੰਟਰੀ ਰੀਜਨ ਵਿਦ ਇਨ ਦਾ ਲਾਸਟ 5 ਈਅਰਸ। ਜੇਕਰ ਤੁਸੀਂ ਕੀਤਾ ਹੋਏਗਾ ਤੁਸੀਂ ਯੈਸ ਕਰ ਸਕਦੇ ਹੋ, ਅਗਰ ਨਹੀਂ ਕੀਤਾ ਤੁਸੀਂ ਨੋ 'ਤੇ ਸਿਲੈਕਟ ਕਰ ਦੇਣਾ। ਹੈਵ ਯੂ ਬਿਲੋਂਗ ਟੂ ਔਰ ਕੰਟਰੀਬਿਊਟਡ ਟੂ ਔਰ ਵਰਕ ਫਾਰ ਐਨੀ ਪ੍ਰੋਫੈਸ਼ਨਲ ਸੋਸ਼ਲ ਔਰ ਚੈਰੀਟੇਬਲ ਔਰਗਨਾਈਜੇਸ਼ਨ। ਅਗੇਨ ਇਟ ਵੇਰੀਜ ਫਰੋਮ ਪਰਸਨ ਟੂ ਪਰਸਨ, ਸੋ ਇੱਥੇ ਮੈਂ ਨੋ ਸਿਲੈਕਟ ਕਰਦਾ ਪਿਆ। ਡੂ ਯੂ ਹੈਵ ਐਨੀ ਸਪੈਸ਼ਲਾਈਜ਼ਡ ਸਕਿੱਲਸ ਔਰ ਟ੍ਰੇਨਿੰਗ ਸੱਚ ਐਜ਼ ਫਾਇਰਆਰਮ ਐਕਸਪਲੋਜ਼ਿਵਸ, ਨਿਊਕਲੀਅਰ, ਬਾਇਓਲੋਜੀਕਲ ਔਰ ਕੈਮੀਕਲ ਐਕਸਪੀਰੀਅੰਸ? ਸਟਿਲ ਮੈਂ ਨੋ 'ਤੇ ਸਿਲੈਕਟ ਕਰਦਾ ਪਿਆ। ਹੈਵ ਯੂ ਐਵਰ ਸਰਵਡ ਇਨ ਮਿਲਟਰੀ? ਸੋ ਮੈਂ ਨਹੀਂ ਕੀਤਾ ਸੀਗਾ, ਸੋ ਮੈਂ ਨੋ 'ਤੇ ਸਿਲੈਕਟ ਕਰਦਾ ਪਿਆ। Have you ever served in being a member or being involved with the paramilitary unit, vigilant unit, rebel group or guerrilla group or insurgent organization? No, to select karanga main. Then next up is security and background. Did you have a communicable disease of public health significance? No. Do you have a medical or physical disorder that poses or likely to pose a threat? No, to select karange. Are you or have you ever been a drug abuser or addict? No. Save and then next page. Then ਅਸੀਂ part 2 ਤੇ ਜਾਵਾਂਗੇ. Have you ever been arrested or convicted for any offense? No. Have you ever violated or engaged in a conspiracy to violate? No. Are you coming to United States to engage in? No. ਸੈਕਟਰ ਕਰਾਂਗੇ. Have you ever been involved in or do you seek to engage in money laundering? No. ਸੋ ਇਹ ਮੋਸਟਲੀ ਸਾਰੇ ਕੁਸ਼ਚਨ ਦੇ ਆਂਸਰ ਤੁਸੀਂ ਨੋ ਸਿਲੈਕਟ ਕਰਨੇ ਹੁੰਦੇ ਹੈਗੇ ਆ। ਹੈਵ ਯੂ ਐਵਰ ਕਮਿਟਡ ਔਰ ਕੰਸਪਾਇਰ ਟੂ ਕਮਿਟ ਅ ਹਿਊਮਨ ਟ੍ਰੈਫਿਕਿੰਗ ਓਫੈਂਸ? ਨੋ। ਹੈਵ ਯੂ ਐਵਰ ਨੋਇੰਗਲੀ ਏਡਡ ਔਰ ਅਬੈਟਡ? ਨੋ ਸਿਲੈਕਟ ਕਰਾਂਗੇ। ਆਰ ਯੂ ਦ ਸਪਾਊਸ, ਸਨ ਔਰ ਡੌਟਰ? ਨੋ। ਸੇਵ ਐਂਡ ਦੈਨ ਪਾਰਟ 3। Do you seek to engage in? No, select karenge. Do you seek to engage in terrorist activities? No. Have you ever or do you intend to provide financial assistance or support to the terrorists? No. Are you a member or representative of a terrorist organization? No. Are you the spouse or son of? No. Then next question, there is no select karenge. Have you ever committed? There will be no karenge. Mostly, na sana to no hi karna hai. You No. Have you ever withheld custody of a US citizen child outside the United States? No. Have you voted in United States? No. Have you ever renounced United States citizenship for the purpose of avoiding taxation? No. Then save karange.
देन नेक्स्ट से क्लिक करेंगे। सो नेक्स्ट ऐप ਦੇ ਵਿੱਚ ਅਸੀਂ ਆਪਣੀ ਫੋਟੋ ਅਪਲੋਡ ਕਰਨੀ ਹੁੰਦੀ ਹੈਗੀ ਆ। ਸੋ ਅਪਲੋਡ ਯੂਰ ਫੋਟੋ, ਦੈਨ ਇਹ ਪੇਜ ਤੇ ਤੁਸੀਂ ਆਪਣੀ ਸਾਰੀ ਇਮੇਜ ਦੀ ਰਿਕੁਆਇਰਮੈਂਟਸ ਦੇਖ ਸਕਦੇ ਹੋ ਕਿ ਤੁਹਾਨੂੰ ਕਿਵੇਂ ਦੀ ਫਾਈਲ ਚਾਹੀਦੀ ਹੁੰਦੀ ਹੈਗੀ ਆ। ਤੁਸੀਂ ਇੱਥੇ ਆਪਣੇ ਡਿਜੀਟਲ ਇਮੇਜ ਸਬਮਿਸ਼ਨ ਰਿਕੁਆਇਰਮੈਂਟਸ ਉੱਤੇ ਕਲਿੱਕ ਕਰਕੇ ਆਪਣੀ ਇਮੇਜ ਦੀ ਰਿਕੁਆਇਰਮੈਂਟਸ ਚੈੱਕ ਕਰ ਸਕਦੇ ਹੋ। ਫਿਰ ਤੁਸੀਂ ਆਪਣੀ ਫੋਟੋ ਅਪਲੋਡ ਕਰ ਦੇਣੀ ਆ, ਦੈਨ ਆਪਾਂ ਨੈਕਸਟ ਰਿਵਿਊ ਕਰਨਾ ਸਾਰਾ ਕੁਛ, ਆਪਾਂ ਜੋ ਵੀ ਆਪਾਂ ਫਿਲ ਆਊਟ ਕੀਤਾ ਹੈਗਾ। ਦੈਨ ਅਸੀਂ ਇਹ ਵਾਲੇ ਪੇਜ ਦੇ ਉੱਤੇ ਆਪਣੀ ਸਾਰੀ ਇਨਫੋਰਮੇਸ਼ਨ ਰਿਵਿਊ ਕਰ ਲੈਣੀ ਹੈ ਇੱਕ ਵਾਰ, ਦੈਨ ਨੈਕਸਟ ਕਰਨਾ, ਟਰੈਵਲ ਇਨਫੋਰਮੇਸ਼ਨ ਵੀ ਚੈੱਕ ਕਰ ਲੈਣੀ ਹੈ ਆਪਣੀ, ਦੈਨ US ਕੋਂਟੈਕਟ ਇਨਫੋਰਮੇਸ਼ਨ ਚੈੱਕ ਕਰਨੀ ਹੈਗੀ ਆ। ਅਤੇ ਜੇ ਸਾਰਾ ਕੁਛ ਸਹੀ ਆ ਤਾਂ ਤੁਸੀਂ ਨੈਕਸਟ 'ਤੇ ਕਲਿੱਕ ਕਰ ਦੇਣਾ। ਦੈਨ ਨੈਕਸਟ, ਦੈਨ ਨੈਕਸਟ ਸਾਈਨ ਐਂਡ ਸਬਮਿਟ। ਸੋ ਸਾਈਨ ਐਂਡ ਸਬਮਿਟ ਵਾਲੇ ਪੇਜ ਦੇ ਉੱਤੇ ਅਸੀਂ ਆ ਗਏ ਹਾਂ। ਡਿਡ ਐਨੀਵਨ ਅਸਿਸਟ ਯੂ ਫਿਲਿੰਗ ਆਊਟ ਦਿਸ ਐਪਲੀਕੇਸ਼ਨ, ਨਾਉ 'ਤੇ ਕਲਿੱਕ ਕਰਾਂਗੇ। ਇੰਟਰ ਯੂਅਰ ਪਾਸਪੋਰਟ ਨੰਬਰ ਹੀ ਆ, ਦੈਨ ਅਸੀਂ ਆਹ ਵਾਲਾ ਕੋਡ ਫਿਲ ਆਊਟ ਕਰ ਦਾਂਗੇ, ਦੈਨ ਸਾਈਨ ਐਂਡ ਸਬਮਿਟ ਐਪਲੀਕੇਸ਼ਨ 'ਤੇ ਕਲਿੱਕ ਕਰਾਂਗੇ। ਨੈਕਸਟ ਕਨਫਰਮੇਸ਼ਨ, ਬਹੁਤ ਸਾਡਾ ਕਨਫਰਮੇਸ਼ਨ ਪੇਜ ਹੈ ਇੱਥੇ। ਦੈਨ ਤੁਸੀਂ ਆਪਣੇ ਇੰਟਰਵਿਊ ਵਾਲੇ ਦਿਨ ਇਹ ਵਾਲੇ ਪੇਜ ਦੀ ਫੋਟੋ ਕਾਪੀ ਕਢਾ ਕੇ ਲੈ ਕੇ ਜਾਣੀ ਹੁੰਦੀ ਹੈਗੀ ਹੈ ਨਾਲ ਆਪਣੇ। ਸੋ ਅਸੀਂ ਚੱਲਦੇ ਹਾਂ ਜੀ ਹੁਣ ਆਪਣੀ ਦੂਸਰੀ ਵੈਬਸਾਈਟ 'ਤੇ ਜਿੱਥੇ ਜਾ ਕੇ ਅਸੀਂ ਆਪਣੀ ਇੰਟਰਵਿਊ ਸਕੈਜੂਲ ਕਰਨੀ ਆ। ਸੋ ਇਹ ਵਾਲੀ ਵੈਬਸਾਈਟ ਦੇ ਉੱਤੇ ਜਾ ਕੇ ਅਸੀਂ ਆਪਣੀ ਇੰਟਰਵਿਊ ਸਕੈਜੂਲ ਕਰਾਂਗੇ। ਇਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪ੍ਰੋਵਾਈਡ ਕਰ ਦੂੰਗਾ, ਤਾਂ ਕਿ ਤੁਸੀਂ ਉੱਥੋਂ ਹੀ ਕਲਿੱਕ ਕਰਕੇ ਇਸ ਵੈਬਸਾਈਟ ਦੇ ਉੱਤੇ ਪਹੁੰਚ ਜਾਓ। ਆਪਾਂ ਕੰਟੀਨਿਊ 'ਤੇ ਕਲਿੱਕ ਕਰਾਂਗੇ, ਦੈਨ ਅਸੀਂ ਇਹ ਵਾਲੀ ਵੈਬਸਾਈਟ 'ਤੇ ਆਪਣਾ ਪਹਿਲਾਂ ਕ੍ਰੀਏਟ ਐਨ ਅਕਾਊਂਟ ਕਰਾਂਗੇ। ਸੋ ਇਹਨਾਂ ਸਾਰੀਆਂ ਆਪਸ਼ਨ ਦੇ ਵਿੱਚ ਸਾਡੇ 'ਤੇ ਆਹ ਵਾਲੀ ਆਪਸ਼ਨ ਅਪਲਾਈ ਹੁੰਦੀ ਹੈ, ਆਮ ਨੋਨ ਕੈਨੇਡੀਅਨ ਸਿਟੀਜ਼ਨ ਰਿਸਾਈਡਿੰਗ ਇਨ ਕੈਨੇਡਾ ਹੂ ਹੈਜ਼ ਕੰਪਲੀਟਡ ਦਾ US ਨੋਨ ਇਮੀਗ੍ਰੈਂਟ ਵੀਜ਼ਾ ਐਪਲੀਕੇਸ਼ਨ DS-160 ਫਾਰਮ ਐਂਡ ਵਾਂਟ ਟੂ ਅਪਲਾਈ ਫਾਰ ਵੀਜ਼ਾ। ਸੋ ਇੱਥੇ ਕਲਿੱਕ ਕਰਾਂਗੇ, ਦੈਨ ਕੰਟੀਨਿਊ। ਤੁਸੀਂ ਆਪਣਾ ਗਿਵਨ ਨੇਮ ਭਰਨਾ ਹੈ, ਦੈਨ ਸਰ ਨੇਮ, ਦੈਨ ਤੁਸੀਂ ਆਪਣੀ ਈਮੇਲ ਭਰ ਦੇਣੀ ਹੈਗੀ, ਇੱਥੇ ਇੱਕ ਪਾਸਵਰਡ ਰੱਖ ਲੈਣਾ ਆਪਣਾ ਕੋਈ ਵੀ, ਦੈਨ ਆਪਾਂ ਅਗਰੀ 'ਤੇ ਕਲਿੱਕ ਕਰਾਂਗੇ। ਅਤੇ ਤੁਸੀਂ ਆਪਣੀ ਕੰਟਰੀ ਭਰ ਦੇਣੀ ਹੈਗੀ, ਜਿਵੇਂ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ ਤਾਂ, ਅਤੇ ਇੱਥੇ ਆਪਣਾ ਫੋਨ ਨੰਬਰ ਭਰ ਦੇਣਾ ਹੈ। ਦੈਨ ਟਿਕ ਕਰਾਂਗੇ ਕ੍ਰੀਏਟ ਅਕਾਊਂਟ। ਸੋ ਇਸ ਈਮੇਲ ਦੇ ਉੱਤੇ ਉਹਨਾਂ ਨੇ ਇੱਕ ਲਿੰਕ ਸੈਂਡ ਕੀਤਾ ਹੁੰਦਾ, ਜਿਸ ਲਿੰਕ ਦੇ ਉੱਤੇ ਕਲਿੱਕ ਕਰਕੇ ਅਸੀਂ ਆਪਣੀ ਰਜਿਸਟ੍ਰੇਸ਼ਨ ਕਨਫਰਮ ਕਰਨੀ ਹੁੰਦੀ ਆ। ਸੋ ਹੁਣ ਸਾਡੀ ਰਜਿਸਟ੍ਰੇਸ਼ਨ ਕਨਫਰਮ ਹੋ ਚੁੱਕੀ ਆ, ਤਾਂ ਅਸੀਂ ਆਪਣੀ ਪਾਸਪੋਰਟ ਦੀ ਇਨਫੋਰਮੇਸ਼ਨ ਭਰਾਂਗੇ ਇੱਥੇ। ਲੈਟਸ ਸੇ ਇੰਡੀਆ ਦਾ ਕੰਟਰੀ ਆਫ ਬਰਥ ਵੀ ਇੰਡੀਆ ਦਾ, ਕੰਟਰੀ ਆਫ ਪਰਮਾਨੈਂਟ ਰੈਜੀਡੈਂਸ ਇੰਡੀਆ ਲਿਖ ਦਿੰਦੇ ਹੈਗੇ ਹਾਂ। ਦੈਨ ਆਪਣਾ ਪਾਸਪੋਰਟ ਨੰਬਰ ਲਿਖ ਦੇਣਾ ਇੱਥੇ ਤੁਸੀਂ, ਇੱਥੇ ਤੁਸੀਂ DS-160 ਫਾਰਮ ਦਾ ਨੰਬਰ ਜਿਹੜੇ ਤੁਸੀਂ ਪਹਿਲਾਂ ਫਿਲ ਆਊਟ ਕੀਤਾ, ਜਿਹੜਾ ਕਨਫਰਮੇਸ਼ਨ ਨੰਬਰ ਆਇਆ ਸੀ ਇਹ ਵਾਲਾ, ਤੁਸੀਂ ਇਹਨੂੰ ਕਾਪੀ ਕਰਨਾ ਅਤੇ ਇੱਥੇ ਪੇਸਟ ਕਰਨਾ ਹੈ। ਦੈਨ ਅੱਗੇ ਤੁਹਾਡੀ ਹੈਗੀ ਵੀਜ਼ਾ ਕਲਾਸ, ਵੀਜ਼ਾ ਕਲਾਸ ਤੁਹਾਡਾ ਹੁੰਦਾ ਹੈ V-1, V-2 ਬਿਜ਼ਨਸ ਐਂਡ ਟੂਰਿਜ਼ਮ ਟੈਂਪਰੇਰੀ ਵਿਜ਼ਟਰ 'ਤੇ ਕਲਿੱਕ ਕਰਨਾ ਹੈ। ਦੈਨ ਆਪਣੀ ਡੇਟ ਆਫ ਬਰਥ ਪਾ ਦੇਣੀ ਹੈ, ਦੈਨ ਆਪਣਾ ਫੋਨ ਨੰਬਰ, ਦੈਨ ਈਮੇਲ ਐਡਰੈਸ ਤੁਸੀਂ ਪਹਿਲਾਂ ਹੀ ਭਰਿਆ ਹੋਣਾ ਹੈਗਾ। ਔਰ ਯੂ ਪ੍ਰੀਵੀਅਸਲੀ ਇਸ਼ੂਡ ਅ ਵੀਜ਼ਾ ਟੂ ਇੰਟਰ ਯਰ ਯੂਨਾਈਟਡ ਸਟੇਟਸ, ਜੇਕਰ ਤੁਸੀਂ ਤੁਹਾਡੇ ਕੋਲ ਵੀਜ਼ਾ ਆਲਰੇਡੀ ਸੀਗਾ ਪਹਿਲਾਂ, ਤੁਸੀਂ ਯੈਸ ਕਰ ਸਕਦੇ, ਜੇ ਨਹੀਂ ਹੈਗਾ ਤਾਂ ਤੁਸੀਂ ਨੋ 'ਤੇ ਕਲਿੱਕ ਕਰਨਾ। ਆਰ ਯੂ ਟਰੈਵਲਿੰਗ ਫਰੋਮ ਅਨਦਰ ਕੰਟਰੀ ਟੂ ਅਪਲਾਈ ਫਾਰ US ਵੀਜ਼ਾ ਇਨ ਕੈਨੇਡਾ, ਆਪਾਂ ਇੱਥੇ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਹਾਂ, ਸੋ ਆਪਾਂ ਨੋ ਦੇ ਉੱਤੇ ਸਿਲੈਕਟ ਕਰਾਂਗੇ। ਦੈਨ ਕ੍ਰੀਏਟ ਐਪਲੀਕੈਂਟ, ਇੱਕ ਵਾਰੀ ਚੈੱਕ ਕਰ ਲੈਣੀ ਹੈਗੀ ਆਪਣੀ ਸਾਰੀ ਇਨਫੋਰਮੇਸ਼ਨ ਇਹ ਵਾਲੀ।
देन अपन यस पे क्लिक करेंगे। सो डू यू वांट टू ऐड अनदर एप्लीकेंट, अगर जो थोड़ी फैमिली के अगर थोड़े नाल कोई होर भी जा रहा जो जिदा तुसीं अप्लाई कर रहे हो, तुसीं चाइल्ड हो गए जां तुहाडे स्पाउस हो गया, तुसीं अपने नाल ही वीज़ा अप्लाई कर रहे हो, उन्हां दा तुसीं इत्थे यस करके उन्हां दी भी इनफॉर्मेशन भर सकते हो। बट अगर जो कोई नहीं हैगा तुसीं नो ते सिलेक्ट करना। साडा अगला पार्ट हैगा कोरियर, कि साडा जदों पासपोर्ट के उत्ते स्टैंप ला के आ जाती है तो कोरियर असीं कित्थे मंगवाना हुंदा हैगा ना। सो आप प्रोविंस सिलेक्ट कर लैंदे आ, असीं ब्रांच सिलेक्ट कर लाँगे। तुसीं अपने अकॉर्डिंग सिलेक्ट करना जो भी तुहानूं नेड़े पैंदा हैगा। दैन नीचे आके सानू ये पुछते हैं कि जो असी पासपोर्ट पिक कर जाना तो वो वाले परसन की अपन डिटेल भरनी होंगी है। लैट से जिस बंद ने अप्लाई किया वो अपनी डिटेल भी खुद भर सकता है, क्योंकि उसने ही अल्टीमेटली उसने ही अपना पासपोर्ट पिकअप करना होंगे। दैन तुम अपना इतने स्ट्रीट एड्रैस भर देना है, दैन तुम अपने इतने सिटी भर देनी हैगी है। आप कॉन्टीन्यू पर क्लिक करा, थानू दस भी रहे हैं कि अवेलेबल अपॉइंटमेंट्स डेट की जी अर्लीएसट हैगी कदों कदों की अवेलेबल हैगी इतने। एंड यी फी 160 डॉलर होंगी है US की, जी आप हम पे करनी होंगी। आप वीज़ा कार्ड, मास्टर कार्ड या कैश से इंटरैक्ट भी पे कर सकते हैं। दैन कॉन्टीन्यू पर क्लिक करा, वो ये वाले पेज पर तुम अपनी पेमेंट कन्फर्म करनी है। दैन पेमेंट कन्फर्म करने तो बाद नैक्सट ऐप पर जाना तो अपना ही अपॉइंटमेंट स्कैड्यूल करनी है। स्कैड्यूल करने तो बाद कन्फर्मेशन आएगी जिसे इंस्ट्रक्शनस लिखिया होंगे कि तुम्हें कि डॉकूमेंट्स लेके जाने है इंटरव्यू वाले दिन। तुम्हें DS-160 फॉर्म लेके जाना हों तो यदि इंस्ट्रक्शन का एक पेज लेके जाना हों, प्लस अपन दो फोटो लेके जानिया होंगे है। सो आफ्टर दिस कन्फर्मेशन साडा मेजर कंसर्न होंगे कि सानू अपॉइंटमेंट डेट कदों की मिलती है। करंटली अपॉइंटमेंट का वेटिंग टाइम अप्रोसीमेटली 1 ईयर का है। इट्स टोटली अप टू यू इफ यू आर ओके विद द वेट। और अगर जो थोड़ी प्रायोरिटी है कि तुम अर्ली स्लॉट लेना चाहते हो तो तुम रैंडमली अर्ली मॉर्निंग या लेट ईवनिंग रेगूलर बेसिस उत्ते चैक कर सकते हो। मेरे केस दे विच ए होया सीगा कि मैंने जनवरी 2023 की मिली सी, सो मैं रैंडमली चैक किया तो मैं सितंबर 2022 की मिल गई सी। सो इस दे नाल मेरे 4 मंथ मेरी अपॉइंटमेंट डेट प्रीपोन हो गई सी। सो हाई पॉसिबिलिटी है कि तुम्हें कोई ना कोई स्लॉट अवेलेबल मिल जूगा। सो दैट्स इट फॉर टुडे, प्लीज़ डू लाइक एंड सब्सक्राइब। जेकर तुम US वीज़ा के एप्लीकेशन के रिगार्डिंग कोई भी क्वेरी है तुम मैंशन कर सकते हो कमेंट सैक्शन के। आई ट्राई टू आंसर दैम ASAP। सी यू इन द नैक्सट इनफॉर्मेटिव वीडियो।